ਬੰਗ ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਤੁਸੀਂ ਸਾਰੇ ਜਾਣਦੇ ਹੋ ਜੀ ਮੈਂ ਕਿੰਨੀ ਕੁ ਵਾਰ ਇੰਟਰੋਡਕਸ਼ਨ ਤੁਹਾਨੂੰ ਅਸੀਂ ਅੱਜ ਦੇ ਬੜੇ ਸਪੈਸ਼ਲ ਗੈਸਟ ਦੇ ਨਾਲ ਮਿਲਾਉਂਦੇ ਹੈਗੇ ਆ ਉਹ ਸਿੱਧਾ ਗੋਆ ਤੋਂ ਹੀ ਆ ਗਏ ਮਤਲਬ ਉਹਨਾਂ ਨੇ ਆਜੋ ਭਾਜੀ ਆਜੋ ਇਹਨਾਂ ਨੇ ਸੋਚੋ ਉਹ ਸਿੱਧਾ ਹੀ ਮਤਲਬ ਸਿੱਧਾ ਹੀ ਸਲਾਮ ਮਾਰ ਕੇ ਫਲਾਈਟ ਤੇ ਚੜ ਕੇ ਗੋਆ ਆ ਗਏ ਤੁਸੀਂ ਇਹਨਾਂ ਦੇ ਅਟਾਇਰ ਤੋਂ ਦੇਖ ਸਕਦੇ ਹੋ ਹੀ ਇਜ਼ ਮਿਸਟਰ ਜਗਦੀਪ ਸਿੰਘ ਲਾਂਬਾ ਸਿੱਧਾ ਡਾਇਰੈਕਟ ਫਰੋਮ ਗੋਆ ਔਨ ਦਿਸ ਸੈਟ ਆਫ ਕਾਮਨ ਟੈਲੈਂਟ ਭਾਜੀ ਕਹਿੰਦੇ ਸੀ ਕਿ ਮੈਨੂੰ ਕੱਪੜੇ ਚੇਂਜ ਕਰਨ ਦਾ ਵੀ ਟਾਈਮ ਨਹੀਂ ਦਿੱਤਾ ਮੈਂ ਏਦਾਂ ਹੀ ਆ ਜਾਣਾ ਤੇ ਮੈਂ ਕਹਿੰਦਾ ਭਾਜੀ ਤੁਸੀਂ ਓਦਾਂ ਵੀ ਆ ਜਾਓ ਪਰ ਤਾਂ ਵੀ ਤੁਹਾਨੂੰ ਆਪਣੀ ਆਡੀਅੰਸ ਨਾਲ ਇੰਟਰੋਡਿਊਸ ਕਰਾ ਦੇਣਾ ਹੈਗਾ ਥੈਂਕ ਯੂ ਬਹੁਤ ਭਾਜੀ ਭਾਜੀ ਯੂਅਰ ਮੋਸਟ ਵੈਲਕਮ ਭਾਜੀ ਮੈਨੂੰ ਗੱਲ ਦੱਸੋ ਭਾਜੀ ਦੋ ਪੁੱਛੋ ਯਾਰ ਇਹ ਕਹਿੰਦੇ ਵੀ ਤੁਹਾਡੇ ਪੰਜਾਬ ਦੇ ਲਾਈਟ ਲੂਟ ਦਾ ਬੜਾ ਮਸਲਾ ਭਾਜੀ ਲਾਈਟ ਹੀ ਲਾਈਟ ਹੈ ਪੰਜਾਬ ਦੇ ਲਾਈਟ ਦੀ ਕੋਈ ਟੈਨਸ਼ਨ ਤੁਹਾਨੂੰ ਬਸ ਕਰੇ ਤੁਸੀਂ ਐਮਸੀ ਦੇ ਕੋਲ ਭਾਜੀ ਐਮਸੀ ਵੀ ਦੇ ਕੋਲ ਤਾਂ ਖੜਾ ਕਿ ਕਈ ਵਾਰ ਜਿਹੜੀ ਬਿਜਲੀ ਹੈਗੀ ਹੈ ਨਾ ਉਹ ਚਲੀ ਜਾਂਦੀ ਹੈ ਤੇ ਆਪਾਂ ਥੋੜੇ ਜਿਹੇ ਪਰੇਸ਼ਾਨ ਹੈਗੇ ਆ ਬਿਜਲੀ ਤੋਂ ਪਰ ਐਡਾ ਵੀ ਕੋਈ ਰੌਲਾ ਨਹੀਂ ਹੈਗਾ ਪੰਜਾਬ ਤੇ ਬਿਜਲੀ ਮੈਂ ਕਹਿੰਦਾ ਇੰਨੀ ਖੁੱਲੀ ਹੈ ਇੰਨੀ ਖੁੱਲੀ ਹੈ ਇੰਨੀ ਖੁੱਲੀ ਹੈ ਕਿ ਬਿਜਲੀ ਇੰਨੀ ਖੁੱਲੀ ਹੈ ਕਦੀ ਕਦੀ ਚਲੀ ਜਾਂਦੀ ਹੈ ਭਾਜੀ ਤੁਸੀਂ ਕਹਿੰਦੇ ਹੋ ਕਦੀ ਕਦੀ ਇੱਥੇ ਤਾਂ ਹਰ 5 ਮਿੰਟ ਬਾਅਦ ਚਲੀ ਜਾਂਦੀ ਹੈ ਉਹ ਭਾਜੀ ਆ ਵੀ ਤਾਂ ਜਾਂਦੀ ਹੈ ਤਾਂ ਕਿਹੜਾ ਆ ਵੀ ਜਾਂਦੀ ਪਰ ਚਲੀ ਜ਼ਰੂਰ ਜਾਂਦੀ ਹੈ ਦੇਖੋ ਇਹ ਮਸਲਾ ਤਾਂ ਬਹੁਤ ਵੱਡਾ ਹੈਗਾ ਬਿਜਲੀ ਦਾ ਤੇ ਬਿਜਲੀ ਦੇ ਮਸਲੇ ਤੋਂ ਅਸੀਂ ਵੀ ਸਾਰੇ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ ਆ ਸਾਰਾ ਪੰਜਾਬ ਪਰੇਸ਼ਾਨ ਹੈ ਸਾਰਾ ਪੰਜਾਬ ਪਰੇਸ਼ਾਨ ਹੈ ਜੀ ਮੈਂ ਦੇਖੋ ਜੈਕਟ ਪਾਈ ਹੋਈ ਹੈ ਨਾ ਮੈਂ ਆਪਣੇ ਟੌਰ ਨਾਲ ਨਵੀਂ ਸੇਲ ਦੇ ਵਿੱਚ ਜੈਕਟ ਲਈ ਮੈਂ ਕਹਿੰਦਾ ਏਸੀ 'ਚ ਬੈਠਾ ਵੀ ਉਹ ਏਸੀ ਛੱਡੋ ਵਾ ਤੇ ਲਾਈਟਾਂ ਨਹੀਂ ਬਲਦੀਆਂ ਤੁਸੀਂ ਏਸੀ ਬਾਲਦੇ ਹੋ ਜੈਕਟ ਤਾਂ ਮੈਨੂੰ ਲੱਗ ਗਿਆ ਸੀ ਪਤਾ ਤੁਸੀਂ ਆਕਸੀਜਨ ਖਿੱਚ ਰਹੀ ਹੈ ਤਾਂ ਤੁਸੀਂ ਪਾਈ ਹੋਈ ਹੈ ਆਕਸੀਜਨ 'ਚ ਵੀ ਕੱਪੜੇ ਲੈ ਲੈਂਦਾ ਹੁੰਦਾ ਆਕਸੀਜਨ 'ਚ ਕੱਪੜੇ ਕਿਵੇਂ ਬਹੁਤ ਸੋਹਣੇ ਮਿਲ ਜਾਂਦੇ ਹੁੰਦੇ ਆ ਕਿਉਂਕਿ ਸੇਲ ਦੇਖੋ ਜੀ ਮੈਂ ਆਮ ਬੰਦਾ ਹੈਗਾ ਆਈ ਐਮ ਮੈਂਗੋ ਪਰਸਨ ਮੈਂਗੋ ਮੈਂ ਮੈਂਗੋ ਪੀਪਲ ਉਹ ਯਾਰ ਕੀ ਰਮਾ ਯਾਰ ਲਾਈਟ ਕਿਉਂ ਜਾਈ ਜਾ ਰਹੀ ਹੈ ਬਾਰ ਬਾਰ ਐਂਦਾ ਵੀ ਕੀ ਰੋਣਾ ਹੋਇਆ ਬਿਜਲੀ ਦਾ ਕਮਾਲ ਹੱਦ ਹੁੰਦੀ ਆਈ ਆ ਗਈ ਜੀ ਹੁਣ ਲਾਹ ਕਈ ਵਾਰ ਘੱਟ ਹੁੰਦੀ ਹੈ ਅਸੀਂ ਕਿਉਂ ਨਹੀਂ ਤਕਲੀਫ ਹੈ ਬਿਜਲੀ ਦੀ ਮਤਲਬ ਵਾਈ ਵਾਈ ਤੁਸੀਂ ਤਾਂ ਭਾਜੀ ਤੁਸੀਂ ਤਾਂ ਗੋਆ ਤੋਂ ਆ ਗਏ ਨਿਕਲ ਜੀ ਪਾ ਕੇ ਹੈ ਅਸੀਂ ਪੰਜਾਬ ਵਾਲਾ ਬੰਦਾ ਕਿੱਥੇ ਜਾਏ ਬੰਦੋ ਸੋ ਕਿੱਥੇ ਜਾਏ ਪੰਜਾਬ ਵਾਲਾ ਬੰਦਾ ਮੈਨੂੰ ਦੱਸੋ ਤੁਸੀਂ ਮੈਨੂੰ ਦੱਸੋ ਪੰਜਾਬ ਵਾਲਾ ਬੰਦਾ ਕਿੱਥੇ ਜਾਏ ਬਿਜਲੀ ਚੋਰੀ ਹੋ ਰਹੀ ਹੈ ਦੇਖੋ ਫਿਰ ਚਲੀ ਗਈ ਜੀ ਪੰਜਾਬ ਵਾਲਾ ਕਿਤੇ ਨਾ ਜਾਏ ਸਿੱਧਾ ਕੰਪਲੇਂਟ ਆਫਿਸ ਜਾਏ ਤੇ ਬਿਜਲੀ ਲੈ ਕੇ ਕੰਪਲੇਂਟ ਕਰਦੀ ਮਤਲਬ ਕੰਪਲੇਂਟ ਦੀ ਵੀ ਨਾ ਇੱਕ ਹੱਦ ਹੁੰਦੀ ਹੈ ਹੱਦ ਇਸ ਵਾਰ ਟੱਪ ਚੁੱਕੀ ਆ ਮੈਂ ਕਹਿੰਦਾ ਹੱਦ ਪਾਰ ਹੋ ਗਈ ਹੱਦ ਹੱਦ ਫੱਟ ਗਈ ਹੈ ਕਿੱਥੇ ਜਾਏ ਬੰਦਾ ਪੰਜਾਬ ਬੰਦਾ ਕਿੱਥੇ ਜਾਏ ਦੇਖੋ ਐਦਾਂ ਹੁਣ ਸ਼ੁਕਰ ਕਰਦੇ ਹਾਂ ਬਿਜਲੀ ਸਾਡੇ ਕੋਲ ਹੈਗੀ ਹੈ ਕਿਉਂਕਿ ਆਪਾਂ ਜਿੰਨੀਆਂ ਗੱਲਾਂ ਕਰਨੀਆਂ ਬਿਜਲੀ ਦੇ ਵਿੱਚ ਕਰ ਲਈਏ ਬਿਜਲੀ ਦਾ ਕਾਕਾ ਕੋਈ ਭਰੋਸਾ ਨਹੀਂ ਕਦੋਂ ਚਲੀ ਜਾਏ ਕਦੋਂ ਆ ਜਾਏ ਫੇਰ ਚਲੀ ਗਈ ਇਹਦਾ ਕਾਰਨ ਇਹ ਹੈ ਕਿ ਅਸੀਂ ਪੰਜਾਬ 'ਚ ਬੈਠੇ ਹਾਂ ਸਾਡੇ ਗੋਆ 'ਚ ਲਾਈਟ ਨਹੀਂ ਜਾਂਦੀ ਭਾਜੀ ਗੋਆ ਦੀ ਲਾਈਟ ਪੰਜਾਬ 'ਚ ਲਾਈਟ ਆ ਵੀ ਤੇ ਜਾਂਦੀ ਹੈ ਦੇਖੋ ਜੀ ਇਹਦਾ ਲਾਈਟ ਦਾ ਬਹੁਤ ਜ਼ਿਆਦਾ ਮਸਲਾ ਹੈਗਾ ਇਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦੇ ਤੁਸੀਂ ਇਸ ਬਿਜਲੀ ਮਹਿਕਮਾ ਵੀ ਕੁਝ ਨਹੀਂ ਕਰ ਸਕਦਾ ਸਰਕਾਰ ਵੀ ਕੁਝ ਨਹੀਂ ਕਰ ਸਕਦੀ ਦੇਖੋ ਸਰਕਾਰ ਦਾ ਨਾਮ ਦੇਖੋ ਜੀ ਮੇਰੀ ਪੇਸ਼ੈਂਸ ਟੈਸਟ ਨਾ ਕਰੋ ਮੈਂ ਪੇਸ਼ੈਂਸ ਤੋਂ ਬਾਹਰ ਜੇ ਹੋ ਗਿਆ ਮੈਂ ਆਪਣੇ ਆਪੇ ਤੋਂ ਬਾਹਰ ਹੋ ਜਾਣਾ ਮੇਰੇ ਤੋਂ ਕੋਈ ਕਾਰਾ ਹੋ ਜੂਗਾ ਸਰਕਾਰ ਨੇ ਕਹਤਾ ਮੈਂ ਜਿੱਦਾਂ ਹੀ ਕਮਨ ਡੈਡੀ ਦਾ ਨਾਮ ਲਿਆ ਬਿਜਲੀ ਆ ਗਈ ਸਭ ਤੋਂ ਪਹਿਲੇ ਕਿ ਬਿਜਲੀ ਚਲੀ ਨਾ ਜਾਏ ਕੀ ਵਾਚਿੰਗ ਕਮਨ ਡੈਡੀ ਸ਼ੀਪ ਸਬਸਕ੍ਰਾਈਬ ਕਰੋ ਕਮਨ ਡੈਡੀ ਸੀਜ਼ਨ 2 ਕੀ ਵਾਚਿੰਗ Woo!